ਫੈਡਰਲ ਸਰਕਾਰ ਉਹ ਕੌਨਫੀਡੈਂਟ ਹੈ ਉਹ ਦਾਵਾ ਕਰ ਰਹੇ ਨੇ ਵੀ ਇਹਦੇ ਨਾਲ ਘਰਾਂ ਦੀ ਕੰਸਟ੍ਰਕਸ਼ਨ ਨੂੰ ਬਹੁਤ ਵੱਡਾ ਬੂਸਟ ਮਿਲਣਾ ਹੈ ਰੂਲਸ ਹੁਣ ਚੇਂਜ ਕਰ ਦਿੱਤੇ ਬਾਏਰਸ ਹੈਗੇ ਨੇ ਮਾਰਕੀਟ ਦੇ ਵਿੱਚ ਤੇ ਜਿਹੜੇ ਆਮ ਘਰਾਂ ਨੂੰ ਸੋ ਹਰ ਘਰ ਨੂੰ ਡਿਫਰੈਂਟ ਇੰਪੈਕਟ ਪੈਗਾ ਛੋਟੇ ਘਰਾਂ ਵਾਲਿਆਂ ਨੂੰ ਜਿਹੜਾ 30 ਸਾਲ ਦੇ ਲਈ ਅ ਮਿਲ ਗਿਆ ਲੋਕਾਂ ਦਾ ਘਰਾਂ ਨੂੰ ਖਰੀਦਣ ਦੀ ਆਲਰੇਡੀ ਅਸੀਂ ਪਿਛਲੇ 2 ਸਾਲ ਤੋਂ ਸੁਣ ਰਹੇ ਹਾਂ ਕਿ ਘਰਾਂ ਦੀ ਸ਼ਾਰਟੇਜ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਘਟ ਘਰ ਨਹੀਂ ਉਹ ਇਡੀ ਜਲਦੀ ਨਹੀਂ ਬਣ ਜਾਣਗੇ ਕਿ ਆਪਾਂ ਰੂਲ ਅੱਜ ਹੀ ਜਿਹੜਾ ਚੇਂਜ ਕਰ ਦਿੱਤਾ ਪਰ ਰੂਲ ਚੇਂਜ ਹੋਣ ਨਾਲ ਕੁਝ ਵਰਗ ਨੂੰ ਫਾਇਦਾ ਹੋਏਗਾ ਤੇ ਕੁਝ ਨੂੰ ਨੁਕਸਾਨ ਚੱਲਣਾ ਪੈਗਾ ਮਾਰਕੀਟ ਦਾ ਹਾਲ ਕੀ ਹੈ ਜੀ ਇਸ ਵਿੱਚ ਥੋੜੀ ਸੇਲ ਪਿਛਲੇ ਸਾਲ ਦੇ ਮੁਕਾਬਲੇ ਘਟ ਰਹੀ ਹੈ ਸਰਕਾਰ ਨੇ ਇਸ ਸ਼ੋਰਡ ਮਾਰਗੇਜ ਕੈਪ ਨੂੰ 1.5 ਮਿਲੀਅਨ ਤੱਕ ਵਧਾ ਦਿੱਤਾ ਹੈ ਇਹਦਾ ਹਾਊਸਿੰਗ ਮਾਰਕੀਟ ਦੇ ਉੱਤੇ ਕੀ ਅਸਰ ਪੈ ਸਕਦਾ ਹੈ ਹਜੇ ਤੱਕ ਕੀਮਤਾਂ ਹੀ ਵਧਨੀਆਂ ਲੱਗ ਰਹੀਆਂ ਨੇ ਲੇਕਿਨ ਇਸ ਦੇ ਨਾਲ ਕੀ ਹੈ ਕਿ ਬਹੁਤ ਸਾਰੇ ਜਿਹੜੇ ਬਾਏਰਸ ਸੀਗੇ ਜਿਹੜੇ ਘਰ ਲੈਣਾ ਚਾਹੁੰਦੇ ਸੀ ਆਪਣੀ ਮਨਪਸੰਦ ਦਾ ਜਿਹੜੇ ਅਪ ਟੂ 1 ਮਿਲੀਅਨ ਤੱਕ ਦਾ ਘਰ ਉਸ ਰਿਸਟ੍ਰਿਕਸ਼ਨ ਤੋਂ ਉੱਪਰ ਚਲੇ ਜਾਣਾ ਉਹ ਡਾਊਨ ਪੇਮੈਂਟ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਣੀ ਉਹ ਜਿਹੜਾ ਹੁਣ 1.5 ਮਿਲੀਅਨ ਤੱਕ ਜਾਣ ਦੇ ਨਾਲ ਕੁਝ ਜਿਹੜੀ ਇਹ ਪ੍ਰਾਈਸ ਇਸ ਨੂ ਵੀ ਵਾਧਾ ਦੇਖਣ ਨੂੰ ਮਿਲੇਗਾ ਇਮੋਰਟਾਈਜ਼ੇਸ਼ਨ ਹੈ ਉਹਨੂੰ 30 ਸਾਲਾਂ ਲਈ ਐਕਸਪੈਂਡ ਕਰ ਦਿੱਤਾ ਗਿਆ ਜੇ ਅਸੀਂ 25 ਸਾਲ ਦੀ ਮੋਟਾਈਜ਼ੇਸ਼ਨ ਲੈਨੇ ਆ ਤਾਂ ਸਾਨੂੰ 2698 ਯਾਨੀ ਕਿ 2700 ਡਾਲਰ ਪੇਮੈਂਟ ਸਾਡੇ ਘਰ ਦੀ ਪਣਦੀ ਹੈ ਪਰ ਇਹਦੇ ਵਿੱਚ ਕੋਈ ਕੈਚ ਵੀ ਹੈ ਕੋਈ ਖਤਰਾ ਵੀ ਹੈ ਖਾਸ ਤੌਰ ਤੇ ਉਦੋਂ ਜਦੋਂ ਇੰਟਰਸਟ ਰੇਟਸ ਦੇ ਵਿੱਚ ਵੱਡੇ ਪੱਧਰ ਤੇ ਉਤਾਰ ਚੜ੍ਹਾਉ ਆਉਂਦਾ ਗਵਰਨਮੈਂਟ ਦਾ ਇਹ ਕਹਿਣਾ ਕਿ ਅਸੀਂ ਇੰਟਰਸਟ ਰੇਟ ਵਧਾਈ ਸੀ ਲੋਕਾਂ ਤੇ ਰੈਸਟ੍ਰਿਕਸ਼ਨ ਲਾਈ ਸੀ ਪੇਮੈਂਟ ਵਧਾਈਆਂ ਸੀ ਤਾਂ ਜੋ ਲੋਕ ਘਰ ਲੈਣੋਂ ਹਟ ਜਾਣ ਰੁਕ ਜਾਣ ਜ਼ਿਆਦਾ ਘਰ ਨਾ ਵਿਕਣ ਹੁਣ ਉਹ ਪੇਮੈਂਟਾਂ ਹੋ ਗਈਆਂ ਛੋਟੀਆਂ ਹੂੰ ਹੂੰ ਹੁਣ ਘਰ ਫਿਰ ਡੈਫੀਨਿਟਲੀ ਜੇ ਪੇਮੈਂਟਾਂ ਵੀ ਛੋਟੀਆਂ ਹੋ ਗਈਆਂ ਇੰਟਰਸਟ ਰੇਟ ਘਟਣ ਨਾਲ ਹੋਰ ਵੀ ਘਟਣੀਆਂ ਸ਼ੁਰੂ ਹੋ ਗਈਆਂ ਤੇ ਉਹ ਰੀਅਲ ਏਸਟੇਟ ਮਾਰਕੀਟ ਤੇ ਅਪਵਰਡ ਜਿਹੜਾ ਆ ਜ਼ਰੂਰ ਇੰਪੈਕਟ ਕਰੂਗੀ ਅੱਗੇ ਨੂੰ ਨੂੰ ਲੈ ਕੇ ਚਾਏਗੀ ਮੈਂ ਥੋੜਾ ਹੁਸ਼ਕਰਮਨ ਸਿੰਘ ਢਾਲੀਵਾਲ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਲਗਰੀ ਦੇ ਨਾਮੀ ਰੀਅਲਟੇ ਮਾਰਗੇਜ ਬ੍ਰੋਕਰ ਜੀਐਸ ਮਾਂਜੀਨਾ ਸ਼ੋਅ 'ਚ ਸ਼ਾਮਲ ਹੋ ਗਏ ਨੇ ਸਾਡੇ ਸ਼ੋਅ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਮਾਨ ਸਾਹਿਬ ਥੈਂਕ ਯੂ ਹੁਸ਼ਕਰਮਨ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਡੇ ਸਾਰੇ ਲਿਸਨਰਸ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਵੀ ਤੁਸੀਂ ਕਦੋਂ ਆਉਂਗੇ ਤੇ ਸਾਨੂੰ ਮਾਰਕੀਟ ਦੀ ਜੋ ਲੇਟੈਸਟ ਅਪਡੇਟਸ ਹੈ ਉਦੇ ਬਾਰੇ ਦੱਸੋਗੇ ਮਾਰਕੀਟ ਦਾ ਹਾਲ ਕੀ ਹੈ ਜੀ ਤੇ ਅਗਸਤ ਦਾ ਮਹੀਨਾ ਕਿਵੇਂ ਰਿਹਾ ਹਾਂਜੀ ਜੀ ਆਪਾਂ ਰੀਅਲ ਏਸਟੇਟ ਮਾਰਕੀਟ ਦੀ ਗੱਲ ਕਰੀਏ ਤੇ ਆਗਸਟ ਜਿਹੜੀ 2024 ਆ ਜਾਂ ਮੈਂ ਸੈਪਟੈਂਬਰ ਦੇ ਵਿੱਚ ਵੀ ਦੇਖ ਰਿਹਾ ਸੀਗਾ ਇਸ ਵਿੱਚ ਥੋੜੀ ਸੇਲ ਪਿਛਲੇ ਸਾਲ ਦੇ ਮੁਕਾਬਲੇ ਘਟ ਰਹੀ ਹੈ ਘਟ ਸੇਲ ਹੋਣ ਦਾ ਕਾਰਨ ਕਈ ਡਿਫਰੈਂਟ ਰੇ ਨੇ ਜਿਵੇਂ ਕਿ ਨਵੇਂ ਰੂਲਸ ਨੂੰ ਦੀ ਵੇਟ ਹੋਣੀ ਇੰਟਰਸਟ ਰੇਟ ਦੇ ਡਿਗਨ ਦੀ ਵੇਟ ਹੋਣੀ ਪਰ 2186 ਘਰ ਇਸ ਸਤ ਅਗਸਤ ਵਿੱਚ ਵਿਕਿਆ ਪਿਛਲੇ ਸਾਲ 2216 ਸੀਗੇ ਸੋ 20% ਦੀ ਗ੍ਰੋਥ ਆਈ ਪਰ ਘਰਾਂ ਦੀ ਪ੍ਰਾਈਸ ਜਿਹੜੀਆਂ ਉਹਦੇ ਵਿੱਚ ਵਾਧਾ ਹੋਇਆ ਉਹ ਜਿਹੜੀਆਂ 10% ਪ੍ਰਾਈਸ ਪਿਛਲੇ ਸਾਲ ਨਾਲੋਂ ਉੱਪਰ ਚਲੇ ਗਈਆਂ ਜੀ ਤੇ ਮਾਨ ਸਾਹਿਬ ਜਿਵੇਂ ਸਰਕਾਰ ਨੇ ਇਨਸ਼ੋਰਡ ਮਾਰਗੇਜ ਗੈਪ ਨੂੰ 1.5 ਮਿਲੀਅਨ ਤੱਕ ਵਧਾ ਦਿੱਤਾ ਹੈ ਇਹਦਾ ਹਾਊਸਿੰਗ ਮਾਰਕੀਟ ਦੇ ਉੱਤੇ ਕੀ ਅਸਰ ਪੈ ਸਕਦਾ ਹੈ ਖਾਸ ਤੌਰ ਤੇ ਉਹਨਾਂ ਸੈਕਟਰਸ ਦੇ ਵਿੱਚ ਜੋ ਹਾਈ ਡਿਮਾਂਡ ਦੇ ਵਿੱਚ ਨੇ ਕੁਈ ਗਾਕਾ ਨੂੰ ਫਾਇਦਾ ਹੋਣਾ ਹੈ ਕਿ ਕੀਮਤਾਂ ਹੀ ਵਧਨੀਆਂ ਨੇ ਹਜੇ ਤੱਕ ਕੀਮਤਾਂ ਹੀ ਵਧਨੀਆਂ ਲੱਗ ਰਹੀਆਂ ਨੇ ਲੇਕਿਨ ਇਸ ਦੇ ਨਾਲ ਕੀ ਹੈ ਕਿ ਬਹੁਤ ਸਾਰੇ ਜਿਹੜੇ ਬਾਇਅਰਸ ਸੀਗੇ ਜਿਹੜੇ ਘਰ ਲੈਣਾ ਚਾਹੁੰਦੇ ਸੀ ਆਪਣੀ ਮਨਪਸੰਦ ਦਾ ਜਿਹੜੇ ਅਪ ਟੂ 1 ਮਿਲੀਅਨ ਤੱਕ ਦਾ ਘਰ ਪਸੰਦ ਕਰਨਾ ਪੈਂਦਾ ਸੀ ਉਹਨਾਂ ਨੂੰ ਕਿਉਂਕਿ ਉਹ ਥੋੜੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਮਿਸਿੰਗ ਰਹਿ ਜਾਂਦੀਆਂ ਸੀ ਫੋਰ ਐਗਜ਼ਾਮਪਲ ਅਸੀਂ ਚਾਹੁੰਦੇ ਹਾਂ ਕਿ ਚਾਰ ਕਾਰ ਗਰਾਜ ਹੋਵੇ ਜਿਹੜਾ ਇਸ ਟ੍ਰਿਪਲ ਕਾਰ ਗਰਾਜ ਸੋ ਜਿਹੜੇ ਹਾਈ ਐਂਡ ਦੇ ਘਰ ਕਹਿ ਸਕਦੇ ਆਪਾਂ ਜਾਂ ਜਿਹੜੇ ਕੈਲਗਰੀ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਇੱਥੇ ਮਿਲੀਅਨ ਡਾਲਰਸ ਕਾਫੀ ਵਧੀਆ ਘਰ ਜਿਹੜਾ ਆ ਵੱਡਾ ਜਿਆਦਾ ਸਕੁਅਰ ਫੀਟ ਤੇ 10000 ਸਕੁਅਰ ਫੀਟ ਦੇ ਲਾਗੇ ਦਾ ਘਰ ਆ ਜਾਂਦਾ ਉਹਨਾਂ ਦੀ ਪ੍ਰਾਈਸ ਜਰੂਰ ਜਿਹੜੀ ਹੁਣ ਉਹਨਾਂ ਦੇ ਵਿੱਚ ਰੈਸਟ੍ਰਿਕਸ਼ਨ ਸੀ ਕਿ ਤੁਸੀਂ ਸੀਐਮਐਸਸੀ ਇਨਸ਼ੋਰਡ 20% ਤੋਂ ਘੱਟ ਦੇ ਨਾਲ ਕੋਈ ਵੀ ਬੈਂਕ ਲੈਂਡ ਨਹੀਂ ਕਰ ਸਕਦੀ ਹੁਣ ਹੋਰ ਰੈਸਟ੍ਰਿਕਸ਼ਨ ਜਿਹੜੀ ਜਿਹੜਾ ਕੈਪ 1.5 ਮਿਲੀਅਨ ਤੱਕ ਚਲੇ ਗਿਆ ਤਾਂ ਜੋ ਜੀਐਸਸੀ ਸ 1.5 ਮਿਲੀਅਨ ਤੱਕ ਦਾ ਘਰ ਦੇਖਦੇ ਆ ਤਾਂ ਸਟਿਲ ਜੇ ਸਾਡੀ ਇਨਕਮ ਇਨੀ ਜ਼ਿਆਦਾ ਹੈਗੀ ਆ ਅਸੀਂ ਕੁਆਲੀਫਾਈ ਕਰਦੇ ਆ ਤਾਂ ਅਸੀਂ 1.5 ਮਿਲੀਅਨ ਤੱਕ ਦੀ ਜਿਹੜੇ ਘਰ ਆ ਜਿਹੜੇ ਆਪਣੇ ਕਿਉਂਕਿ ਦੋ ਪੱਖ ਹੋ ਜਾਂਦੇ ਘਰਾਂ ਨੂੰ ਲੈ ਕੇ ਵੀ ਇੱਕ ਤੇ ਆਪਾਂ ਬੇਸਤੀ ਆਪਣੀ ਨੈਸੈਸਿਟੀ ਆਪਣੇ ਕੋ ਘਰ ਆ ਜਿਹੜੇ ਆਪਣੇ ਕੈਲਗਰੀ ਦੀ ਮਾਰਕੀਟ ਦੇ ਵਿੱਚ ਹੈਗੇ ਆ 5 6 7 ਲੱਖ ਦੀ ਰੇਂਜ ਦੇ ਵਿੱਚ ਉਹਨਾਂ ਨੂੰ ਜਿਆਦਾ ਫਰਕ ਨਹੀਂ ਦੇਖਣ ਨੂੰ ਮਿਲੇਗਾ ਪਰ ਜੇ ਆਪਾਂ ਅਨਟਾਰੀਓ ਜਾਂ ਵੈਂਕੂਵਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਆ ਕਾਫੀ ਜਿਆਦਾ ਫਰਕ ਦੇਖਣ ਨੂੰ ਮਿਲੇਗਾ ਕਿਉਂਕਿ ਉੱਥੇ ਆਮ ਘਰਾਂ ਦੀ ਪ੍ਰਾਈਸ ਦੀ ਮਿਲੀਅਨ ਡੈਡ ਮਿਲੀਅਨ ਦੇ ਲਾਗੇ ਘੁੰਮਦੀ ਆ ਸੋ ਉਹਨਾਂ ਜਿਹੜੀਆਂ ਵੱਡੀਆਂ ਫੈਮਿਲੀਜ਼ ਦਾ ਇਕੱਠੀਆਂ ਰਹਿੰਦੀਆਂ ਆ ਘਰ ਵੱਡਾ ਜਿਆਦਾ ਸਕੁਅਰ ਫੂਟੇਜ ਦਾ ਲੈਣਾ ਚਾਹੁੰਦੀਆਂ ਉਹਨਾਂ ਨੂੰ ਜਿਹੜੀ ਆ ਉਹ ਜ਼ਰੂਰ ਇਸ ਦੇ ਨਾਲ ਰਾਹਤ ਮਿਲੇਗੀ ਪਰ ਜਿਹੜੀ ਆ ਪ੍ਰਾਈਸਿਸ ਵੀ ਆ ਜਿਹੜੀਆਂ ਬਿਲਡਰ ਵੱਲੋਂ ਨਵੇਂ ਘਰ ਬਣਾਏ ਜਾਂਦੇ ਜਾਂ ਹੋਰ ਪ੍ਰਾਈਸਿਸ ਜਿਹੜੀਆਂ 1.5 ਮਿਲੀਅਨ ਦੇ ਘਰਾਂ ਦੀਆਂ ਇੱਕ ਚੀਜ਼ ਕਰਕੇ ਕਹਿੰਦੇ ਸੀ ਕਿ 999 ਦਾ ਵੇਚ ਦਿਓ ਅਦਰਵਾਈਜ਼ ਇਹ ਉਹਦੇ ਉਸ ਰੈਸਟ੍ਰਿਕਸ਼ਨ ਤੋਂ ਉੱਪਰ ਚਲੇ ਜਾਣਾ ਉਹ ਡਾਊਨ ਪਲੇਮੈਂਟ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਣੀ ਉਹ ਜਿਹੜਾ ਹੁਣ 1.5 ਮਿਲੀਅਨ ਤੱਕ ਜਾਣ ਦੇ ਨਾਲ ਕੁਝ ਜਿਹੜੀ ਇਹ ਪ੍ਰਾਈਸਿਸ ਨੂੰ ਵੀ ਵਾਧਾ ਦੇਖਣ ਨੂੰ ਮਿਲੇਗਾ ਜੀ ਮਾਨ ਸਾਹਿਬ ਜਿਹੜੇ ਪਹਿਲੀ ਵਾਰ ਹੋਇਆ ਕਿ ਜਿਹੜੇ ਫਰਸਟ ਟਾਈਮ ਬਾイヤਰਸ ਨੇ ਤੇ ਜਿਹੜੇ ਨਵੇਂ ਬਣੇ ਘਰ ਲੈਣਗੇ ਉਹਨਾਂ ਦੋਨਾਂ ਲਈ ਜਿਹੜਾ ਇਮੋਰਟਾਈ ਇਮੋਰਟਾਈਜੇਸ਼ਨ ਹੈ ਉਹਨੂੰ 30 ਸਾਲਾਂ ਲਈ ਐਕਸਪੈਂਡ ਕਰ ਦਿੱਤਾ ਗਿਆ ਜੀ ਰਾਈਟ ਤਾਂ ਇਹਦਾ ਤੁਹਾਨੂੰ ਲੌਂਗ ਟਰਮ ਇੰਪੈਕਟ ਕੀ ਲੱਗਦਾ ਹੈ ਅਫੈਕਟ ਕੀ ਹੋਵੇਗਾ ਇਸ ਦੇ ਨਾਲ ਪਹਿਲਾਂ ਤਾਂ ਇਹ ਸਮਝਣਾ ਲਈ ਆਪਾਂ ਕਿ ਇਹ 30 ਸਾਲ ਦੀ ਜਿਹੜੀ ਮੋਟਰਾਈਜ਼ੇਸ਼ਨ ਹੈ 25 ਸਾਲ ਦੀ ਜਗ੍ਹਾ ਹੋ ਗਈ ਇਹਦੇ ਨਾਲ ਸਾਨੂੰ ਕੀ ਫਰਕ ਦੇਖਣ ਨੂੰ ਮਿਲੇਗਾ ਕੈਲਕੂਲੇਸ਼ਨਸ ਨੇ ਨੰਬਰ ਨੇ ਪਰਹੀ ਹੀ ਚੀਜ਼ ਜਿਹੜੀ ਹੋਣ ਜਾ ਰਹੀ ਹੈ ਸਾਨੂੰ ਦੇਖਣ ਨੂੰ ਮਿਲੇਗੀ ਮੰਨ ਲਓ ਅਸੀਂ ਅੱਜ ਜੇ 5 ਕਿ ਲੱਖ ਦੇ 1/2 ਮਿਲੀਅਨ ਡਾਲਰ ਦੇ ਘਰ ਦੀ ਗੱਲ ਕਰੀਏ ਸਵਾ 4 ਇੰਟਰਸਟ ਰੇਟ ਜੋ ਅੱਜ ਆਨਲਾਈਨ ਐਵਰੇਜ ਪਾ 5 ਇਅਰ ਫਿਕਸ ਚੱਲ ਰਿਹਾ ਜੇ ਅਸੀਂ 25 ਸਾਲ ਦੀ ਮੋਟਰਾਈਜ਼ੇਸ਼ਨ ਲੈਨੇ ਆ ਤਾਂ ਸਾਨੂੰ 2698 ਯਾਨੀ ਕਿ 2700 ਡਾਲਰ ਪੇਮੈਂਟ ਸਾਡੇ ਘਰ ਦੀ ਪਣਦੀ ਹੈ ਪਰ ਜੇ ਅਸੀਂ 30 ਸਾਲ ਦੀ ਜਿਵੇਂ ਕਿ 15 ਦਸੰਬਰ ਤੋਂ ਦੱਸਿਆ ਜਾ ਰਿਹਾ ਕਿ 30 ਸਾਲ ਦੀ ਹੋ ਜਾਏਗੀ ਉਸ ਦੇ ਨਾਲ ਇਹੀ ਪੇਮੈਂਟ ਜਿਹੜੀ ਹੈ ਉਹ ਘਟ ਕੇ 2448 ਯਾਨੀ ਕਿ 2250 ਡਾਲਰ 250 ਡਾਲਰ ਘਟ ਜਾਏਗੀ 5 ਲੱਖ ਦੀ ਜੇ ਸਾਡੇ ਕੋ ਮੋਰਗੇਜ ਅਮਾਉਂਟ ਹੈ ਉਹਦੇ ਉਹ ਕਿਤੇ ਘਟੇਗੀ ਕਿਉਂਕਿ ਸਾਨੂੰ ਜਿਹੜਾ ਓਵਰঅল 25 ਸਾਲ ਦੀ ਜਗ੍ਹਾ 30 ਸਾਲਾਂ ਦੇ ਵਿੱਚ ਘਰ ਪੇ ਆਫ ਕਰਨਾ ਪੈਗਾ ਇੰਟਰਸਟ ਵਿੱਚ ਰੇਟ ਦੇ ਵਿੱਚ ਜਿਹੜਾ ਆ ਜਿਹੜਾ ਇੰਟਰਸਟ ਆ ਉਹ ਸਾਨੂੰ 1600 1650 ਡਾਲਰ ਪਹਿਲੇ 5 ਸਾਲਾਂ ਚ ਵੱਧ ਫੀ ਕਰਨਾ ਪਵੇਗਾ ਜੇ ਆਪੋਂ ਓਵਰਆਲ ਘਰ ਦੀ ਗੱਲ ਦੇਖੀਏ ਤਾਂ 5 ਲੱਖ ਦਾ ਜੇ ਅੱਜ ਆਪਾਂ ਲੋਨ ਲੈਨੇ ਆ 25 ਸਾਲਾਂ ਦੀ ਮੋਟਾਈਜ਼ੇਸ਼ਨ ਦੇ ਲਈ ਤਾਂ ਉਹਦੇ ਵਿੱਚ ਸਾਨੂੰ 3 ਲੱਖ 9 ਹਜ਼ਾਰ ਇੰਟਰਸਟ ਠੀਕ ਹੈ ਇੰਟਰਸਟ ਰੇਟ ਵਧਦੇ ਰਹਿੰਦੇ ਘਟਦੇ ਰਹਿੰਦੇ ਪਰ ਅਸੀਂ ਕੈਲਕੂਲੇਸ਼ਨ ਜਿਹੜੀ 1.4 ਲੱਖ ਦੇ ਹਿਸਾਬ ਨਾਲ ਦੇਖੀਏ ਤਾਂ ਜੇ ਅਸੀਂ 25 ਸਾਲ 1.4% ਇੰਟਰਸਟ ਦੇ ਹਿਸਾਬ ਨਾਲ ਦੇਨੇ ਆ ਔਨ ਅਨ ਐਵਰੇਜ ਤਾਂ ਸਾਨੂੰ 3 ਲੱਖ 9000 ਵਿਆਜ ਦੇਣਾ ਪੈਣਾ ਸੀ 5 ਲੱਖ ਦੇ ਲੋਨ ਨੂੰ ਉਤਾਰਨ ਲਈ ਤੇ ਜੇ 30 ਸਾਲਾਂ ਦੇ ਲਈ ਆਪਾਂ ਸਵਾ ਚਾਰ ਦੇ ਹਿਸਾਬ ਨਾਲ ਚੱਲੀਏ ਤਾਂ ਸਾਨੂੰ ਜਿਹੜਾ ਆ 381000 ਲੋਨ ਦੇਣਾ ਪੈ ਸਕਦਾ ਆ ਜੇ ਅਸੀਂ ਉਹੀ ਲੋਨ 30 ਸਾਲਾਂ ਦੇ ਵਿੱਚ ਹੌਲੀ-ਹੌਲੀ ਲਾਉਣੀ ਆ ਪਰ ਅਗੇਨ ਜਦੋਂ ਆਪਾਂ ਗੱਲ ਕਰਦੇ ਆ ਕਿ ਆਪਾਂ ਕਿ ਕਿ ਘਰ ਲੋਕੀ ਚੇਂਜ ਕਰ ਲੈਂਦੇ ਆ ਨਵੇਂ ਕੰਸਟਰਕਸ਼ਨ ਨਵੀਆਂ ਚੀਜ਼ਾਂ ਮਾਰਕੀਟ 'ਚ ਆ ਜਾਂਦੀਆਂ ਪੁਰਾਣੇ ਘਰ ਵੇਚ ਦਿੱਤੇ ਜਾਂਦੇ ਜਾਂ ਫੈਮਿਲੀਜ਼ ਦੇ ਵਿੱਚ ਸਰਕਮਸਟੈਂਸਿਸ ਚੇਂਜ ਹੋ ਜਾਂਦੇ ਵੱਧ ਜਾਂਦੇ ਸੋ ਅਸੀਂ ਜਿਆਦਾ ਲੰਬੇ ਸਮੇਂ ਦੀ ਕੈਲਕੂਲੇਸ਼ਨ ਨੂੰ ਨਹੀਂ ਧਿਆਨ ਦੇ ਵਿੱਚ ਲਿਆਵਾਂਗੇ ਇਸ ਵੇਲੇ ਅਸੀਂ ਗੱਲ ਕਰਾਂਗੇ 5 ਸਾਲਾਂ ਦੇ ਵਿੱਚ ਜਿਹੜਾ ਸਾਨੂੰ 250 ਡਾਲਰ ਪਰ ਮਨთ ਜਿਹੜੀ ਪੇਮੈਂਟ ਘੱਟ ਦੇਣੀ ਪੈਗੀ ਪਰ 1600 ਡਾਲਰ ਵਿਆਜ ਸਾਨੂੰ 5 ਸਾਲਾਂ ਦੇ ਵਿੱਚ ਵੱਧ ਪਏਗਾ ਤੇ ਜਿਹੜਾ ਜਿਹੜਾ ਦੂਸਰਾ ਇਹਦਾ ਫਰਕ ਜਿਹੜਾ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜੀ ਮੌਰਗੇਜ ਅਪਰੂਵਲ ਆਪਾਂ ਜਿਹਨੂੰ ਕਹਿੰਨੇ ਆ ਕਰੀ ਦੀ ਉਹ ਪੇਮੈਂਟ ਦੇ ਬੇਸ ਤੇ ਹੁੰਦੀ ਆ ਹਮ ਹਮ ਬੇਸਿਕਲੀ ਆਪਾਂ ਕਹਿਆ ਤਾਂ ਦਿੰਨੇ ਕਿ ਅਸੀਂ 5 ਲੱਖ ਦੀ ਮੌਰਗੇਜ ਲਈ ਕੁਆਲੀਫਾਈ ਹੋ ਗਏ ਜਾਂ 4 ਲੱਖ ਦੀ ਮੌਰਗੇਜ ਲਈ ਕੁਆਲੀਫਾਈ ਹੁੰਨੇ ਆ ਹਮ ਹਮ ਉਹ ਅਸਲ ਵਿੱਚ ਅਸੀਂ ਇੱਕ ਮੰਥਲੀ ਪੇਮੈਂਟ ਨੂੰ ਨਾਲ ਕੁਆਲੀਫਾਈ ਹੁੰਨੇ ਆ ਹਮ ਹਮ ਜਿਹੜੀ ਮੰਥਲੀ ਪੇਮੈਂਟ ਆ ਉਹ ਸਾਡੀ ਹਾਊਸਹੋਲਡ ਇਨਕਮ ਤੋਂ ਅ 39% ਤੋਂ ਵੱਧ ਨਹੀਂ ਸਕਦੀ ਐਸ ਪਰ ਰੂਲਸ 39% ਤੋਂ ਬਿਲੋ ਰਹਿਣੀ ਚਾਹੀਦੀ ਆ ਸਾਡੇ ਘਰ ਦੀ ਪੇਮੈਂਟ ਹੀਟ ਕਾਸਟ ਪ੍ਰੋਪਰਟੀ ਟੈਕਸ ਨੂੰ ਮਿਲਾ ਕੇ ਤਿੰਨ ਚੀਜ਼ਾਂ ਨੂੰ ਜੇ ਅਸੀਂ ਉਸ ਹਿਸਾਬ ਨਾਲ ਕੈਲਕੂਲੇਟ ਕਰੀਏ ਕਿ ਹੁਣ ਉਹ ਜਿਹੜੀ ਪੇਮੈਂਟ 250 ਡਾਲਰ ਘਟ ਜਾਏਗੀ ਤਾਂ ਉਹਦੇ ਨਾਲ ਜਿਹੜਾ ਆ ਜੇ ਅਸੀਂ ਅਪਰੂਵਲ ਦੀ ਗੱਲ ਕਰੀਏ ਜਿਹੜੀ ਫੈਮਿਲੀ ਦੀ 1 ਲੱਖ ਡਾਲਰ ਫੋਰ ਐਗਜ਼ਾਮਪਲ ਇਨਕਮ ਆ ਤੇ ਉਹ ਅੱਜ ਆਪਾਂ ਜੀ ਮੌਰਗੇਜ ਦੀ ਅਪਲੀਕੇਸ਼ਨ ਕਰਦੇ ਆ ਤਾਂ 440000 ਦਾ ਸਵਾ 4% ਇੰਟਰਸਟ ਰੇਟ ਦੇ ਹਿਸਾਬ ਨਾਲ ਲਗਭਗ ਘਰ ਲੈ ਸਕਦੇ ਨੇ 4 40 ਦਾ ਪਰ ਜੇ ਉਹੀ ਆਪਾਂ ਅ ਗੱਲ ਕਰਦੇ ਹਾਂ 30 ਸਾਲਾਂ ਦੀ ਮੋਟਾਈਜ਼ੇਸ਼ਨ ਦੇ ਉੱਤੇ ਤਿਰੂ 4 ਲੱਖ 85000 ਤੱਕ ਵੀ ਘਰ ਲੈ ਸਕਣਗੇ ਸੋ ਉਸ ਦੇ ਨਾਲ 30 ਚਾ ਤੋਂ 40000 ਡਿਪੈਂਡਿੰਗ ਔਨ ਡਿਫਰੈਂਟ ਹੋਰ ਚੀਜ਼ਾਂ ਵੀ ਨੇ ਪ੍ਰਾਪਰਟੀ ਟੈਕਸ ਹੈ ਵੱਡੇ ਘਰਾਂ ਦਾ ਪ੍ਰਾਪਰਟੀ ਟੈਕਸ ਵੱਧ ਜਾਂਦਾ ਸੋ ਆਪਾਂ ਇੱਕ ਐਵਰੇਜ ਅਮਾਉਂਟ ਦੀ ਗੱਲ ਕਰਦੇ ਹਾਂ 30 ਤੋਂ 40000 ਡਾਲਰ ਜਿਹੜਾ ਉਹਨਾਂ ਦਾ ਕੁਆਲੀਫਿਕੇਸ਼ਨ ਅਮਾਉਂਟ ਹੈ ਮੌਰਗੇਜ ਦੇ ਲਈ ਘਰ ਖਰੀਦਣ ਦੇ ਲਈ ਜਿਹੜਾ ਬੰਦਾ ਅੱਜ ਲੱਖ ਡਾਲਰ ਦੀ ਇਨਕਮ ਨਾਲ ਜੇ 4 40 ਦਾ ਘਰ ਲੈ ਸਕਦਾ ਤੇ 30 ਸਾਲ ਦੀ ਮੋਟਾਈਜ਼ੇਸ਼ਨ ਇੰਟਰੋਡਿਊਸ ਹੋਣ ਦੇ ਨਾਲ ਉਹ 4 85 ਤੱਕ ਦਾ ਘਰ ਲੈ ਸਕੇਗਾ ਜੀ ਮਾਨ ਸਾਹਿਬ ਮੈਸੇजेस ਵੀ ਆ ਰਹੇ ਨਾਲ ਨਾਲ ਲਿਸਨਰਸ ਦੇ ਜਿਨ੍ਹਾਂ ਵਿੱਚੋਂ ਇੱਕ ਲਿਸਨਰ 3408 ਆਖਰੀ ਚਾਰ ਡਿਜੀਟਸ ਨੇ ਫੋਨ ਨੰਬਰ ਦੇ ਉਹ ਕਹਿੰਦੇ ਨੇ ਸਾਨੂੰ ਕੈਪੀਟਲ ਗੇਨ ਔਨ ਸੇਲਿੰਗ ਇਨਵੈਸਟਮੈਂਟ ਬਾਰੇ ਵੀ ਦੱਸੋ ਇਨਵੈਸਟਮੈਂਟ ਪ੍ਰੋਪਰਟੀ ਬਾਰੇ ਜੇ ਮੂਵਿੰਗ ਟੂ ਅ ਨਿਊ ਹਾਊਸ ਐਂਡ ਸੇਲਿੰਗ 올ਡ ਹਾਊਸ ਲੇਟਰ ਓਕੇ ਪੁੱਛਣਾ ਚਾਹੁੰਦੇ ਨੇ ਕਿ ਸਾਨੂੰ ਜਿਹੜਾ ਐਗਜ਼ਿਸਟਿੰਗ ਹਾਊਸ ਹੈ ਉਹ ਰੱਖਣਾ ਚਾਹੀਦਾ ਹੈ ਜੇ ਜੇ ਤੁਸੀਂ ਪਲਾਨ ਕਰ ਰਹੇ ਹੋ ਕੋਈ ਨਵੀਂ ਪ੍ਰੋਪਰਟੀ ਖਰੀਦਣ ਲਈ ਜਦੋਂ ਵੀ ਆਪਾਂ ਜਿਹੜਾ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਹੈ ਉਹਦੇ ਉੱਤੇ ਕੈਪੀਟਲ ਗੇਨ ਦੀ ਐਕਸੈਂਪਸ਼ਨ ਹੈ ਆਪਾਂ ਨੂੰ ਉਹਦੇ ਤੇ ਟੈਕਸ ਨਹੀਂ ਪੈਂਦਾ ਜਿੰਨਾ ਚਿਰ ਆਪਾਂ ਉਸ ਘਰ ਦੇ ਵਿੱਚ ਰਹਿੰਦੇ ਆ ਜਦੋਂ ਆਪਾਂ ਪੁਰਾਣੇ ਘਰ ਦੇ ਵਿੱਚ ਲੈੱਟ ਸੇਗੇ ਅਸੀਂ 2024 ਤੱਕ ਰਏ ਉਸਦਾ 2015 ਦੇ ਵਿੱਚ 2010 ਚ ਖਰੀਦੇ ਹੋਏ 10-15 ਸਾਲ ਰਹਿ ਕੇ ਅਸੀਂ ਅਗੇ ਮੂਰੇ ਜਿਹੜੀ 2024 ਤੱਕ ਦੀ ਉਸਦੀ ਐਸਟੀਮੇਟਡ ਪ੍ਰਾਈਸ ਹੈ ਉਹਦੇ ਤੇ ਇਹਨਾਂ ਨੂੰ ਕੈਪੀਟਲ ਗੇਨ ਨਹੀਂ ਦੇਣਾ ਪਏਗਾ ਪਰ ਜਿਹੜਾ ਇਸ ਤੋਂ ਬਾਅਦ ਕੈਪੀਟਲ ਗੇਨ ਹੋਏਗਾ ਮੰਨ ਲਓ ਅੱਜ ਜੇ ਘਰ ਦੀ ਕੀਮਤ 5 ਲੱਖ ਹੈ ਤੇ ਉਹ 5 ਲੱਖ ਤੱਕ ਟੈਕਸ ਨਹੀਂ ਹੈ ਜੇ ਐਜ਼ ਇਟ ਇਨਵੈਸਟਮੈਂਟ ਪ੍ਰੋਪਰਟੀ ਰੈਂਟਲ ਪ੍ਰੋਪਰਟੀ ਨੂੰ ਟਰਨ ਕਰ ਦਿੰਦੇ ਨੇ ਉਸ ਤੋਂ ਬਾਅਦ ਨਵੇਂ ਘਰ ਦੇ ਵਿੱਚ ਮੂਵ ਹੋ ਜਾਂਦੇ ਨੇ ਤਾਂ ਜਿਹੜਾ ਪੁਰਾਣਾ ਘਰ ਆ ਉਹਦਾ ਕੈਪੀਟਲ ਗੇਨ ਜਿਹੜਾ ਇਸ ਤੋਂ ਬਾਅਦ ਐਜ਼ ਅ ਇਨਵੈਸਟਮੈਂਟ ਪ੍ਰਾਪਰਟੀ ਐਜ਼ ਅ ਸੈਕੰਡ ਰੈਂਟਲ ਪ੍ਰਾਪਰਟੀ ਉਹਨਾਂ ਨੂੰ ਉਸ ਅਮਾਉਂਟ ਤੇ ਮੰਨ ਲਓ ਕਹਿੰਦੇ 6 ਲੱਖ ਦਾ ਘਰ ਵੇਚਦਾ ਅੱਜ 5 ਦਾ ਸੀਗਾ ਹੋਰ 2 ਸਾਲ ਬਾਅਦ 4 ਸਾਲ ਬਾਅਦ 6 ਲੱਖ ਦਾ ਵੇਚਦਾ ਉਹ ਜਿਹੜਾ 1 ਲੱਖ ਡਾਲਰ ਹੈ ਉਹਦੇ ਉੱਤੇ ਕੈਪੀਟਲ ਗੇਨ ਗੀਣਾ ਪਏਗਾ ਉਸ ਅਮਾਉਂਟ ਦੇ ਉੱਤੇ ਜੀ ਆਪਾਂ ਘਰ ਰੱਖ ਕੇ ਅਗਲੇ ਚ ਮੂਵ ਹੋਣਾ ਜਾਂ ਵੇਚ ਕੇ ਅਗਲੇ ਦੇ ਵਿੱਚ ਮੂਵ ਹੋਣਾ ਉਹਦੇ ਵਿੱਚ ਆਪਣੇ ਪਰਸਨਲ ਫਾਈਨੈਂਸ਼ੀਅਲ ਕਿੱਦਾਂ ਦੀ ਸਿਚੁਏਸ਼ਨ ਹੈ ਕਿ ਸਾਡੀ ਅਸੀਂ ਉਹਨੂੰ ਅਫੋਰਡ ਕਰ ਸਕਦੇ ਜੇ ਅਸੀਂ ਮਲਟੀਪਲ ਪ੍ਰਾਪਰਟੀਆਂ ਨੂੰ ਹੋਲਡ ਕਰਨਾ ਚਾਹੁੰਦੇ ਆ ਸਾਡਾ ਰੈਂਟਲ ਦੇ ਨਾਲ ਕਿੱਦਾਂ ਦਾ ਤਜਰਬਾ ਹੈ ਉਹ ਸਾਰੀਆਂ ਚੀਜ਼ਾਂ ਪਰਸਨਲ ਚੁਆਇਸਿਸ ਦੇ ਉੱਤੇ ਡਿਪੈਂਡ ਕਰਦੀਆਂ ਪਰ ਜਿਆਦਾ ਕੈਪੀਟਲ ਗੇਨ ਜਾਂ ਦੂਜਾ ਜਿਹੜਾ ਟੈਕਸਿਸ ਦੇ ਨਾਲ ਰਿਲੇਟਡ ਆ ਅਕਾਊਂਟੈਂਟ ਵਿਲ ਬੀ ਦਾ ਬੈਸਟ ਪਰਸਨ ਜਿਹੜਾ ਇਸ ਦੇ ਉੱਤੇ ਉਹਨਾਂ ਨੂੰ ਜਿਆਦਾ ਬਿਹਤਰ ਪ੍ਰੋਫੈਸ਼ਨਲ ਐਡਵਾਈਸ ਦੇ ਸਕਦੇ ਨੇ ਪਰ ਬਹੁਤ سارے ਲੋਕ ਨੇ ਜਿਨ੍ਹਾਂ ਨੇ ਚੂਜ਼ ਕੀਤਾ ਹੈ ਕਿ ਘਰ ਪਿਛਲਾ ਰੱਖ ਕੇ ਅੱਗੇ ਦੀ ਅੱਗੇ ਉਹ ਪ੍ਰਾਪਰਟੀਆਂ ਵਧਾਉਣਾ ਪਸੰਦ ਕਰ ਦਿੰਦੇ ਨੇ ਆਪਣੇ ਪੋਰਟਫੋਲੀਓ ਦੇ ਵਿੱਚ ਔਰ ਕੁਝ ਲੋਕ ਹੈ ਕਿ ਉਹ ਜਿਹੜਾ ਉਸ ਨੂੰ ਵੇਚ ਕੇ ਅੱਗੇ ਆਪਣੇ ਪਰਸਨਲ ਘਰ ਦੇ ਵਿੱਚ ਮੂਵ ਹੋ ਜਾਂਦੇ ਨੇ ਮਾਨਸਬ ਹੁਣ ਕੱਟ ਡਾਊਨ ਪੇਮੈਂਟ ਕਰਕੇ ਨਵੇਂ ਰੂਲਸ ਦੇ ਅਕੋਰਡਿੰਗ ਬੰਦਾ ਮਕਾਨ ਮਾਲਕਤਾ ਬਣ ਸਕਦਾ ਹੈ ਹੋਮ ਆਨਰ ਬਣ ਸਕਦਾ ਹੈ ਥਾਟ ਬਹੁਤ ਵਧੀਆ ਲੱਗਦਾ ਹੈ ਸੁਣਨ ਨੂੰ ਸੋਚਣ ਨੂੰ ਬੰਦਿਆਂ ਨੂੰ ਲੱਗਦਾ ਵੀ ਹਾਂ ਰਾਹ ਖੁੱਲ ਗਏ ਪਰ ਇਹਦੇ ਵਿੱਚ ਕੋਈ ਕੈਚ ਵੀ ਹੈ ਕੋਈ ਖਤਰਾ ਵੀ ਹੈ ਖਾਸ ਤੌਰ ਤੇ ਉਦੋਂ ਜਦੋਂ ਇੰਟਰਸਟ ਰੇਟਸ ਦੇ ਵਿੱਚ ਵੱਡੇ ਪੱਧਰ ਤੇ ਉਤਾਰ ਚੜਾਉ ਹੁੰਦਾ ਜਿਵੇਂ ਕਿ ਆਪਾਂ ਹੁਣੇ ਗੱਲ ਕੀਤੀ ਕਿ ਜੇ 1 ਲੱਖ ਦੀ ਫੈਮਿਲੀ ਦੀ ਇਨਕਮ ਹੈ ਸਵਾ 4% ਟਰਸਟ ਰੇਟ ਹੈ 25 ਸਾਲ ਦੀ ਮੋਰਟਾਈਜ਼ੇਸ਼ਨ on an average ਆਪਾਂ 4 40 ਦਾ ਘਰ ਲੈ ਸਕਦੇ 5% ਡਾਊਨ ਪੇਮੈਂਟ ਜਦੋਂ 30 ਸਾਲ ਦੀ 15 ਦਸੰਬਰ ਨੂੰ ਰੂਲ ਆ ਜਾਂਦਾ ਹੈ ਲੱਕ ਹੋ ਜਾਂਦਾ ਉਸ ਦੇ ਨਾਲ ਇੱਕ ਹੋਰ ਵੀ ਐਕਸਪੈਕਟੇਸ਼ਨ ਹੈ ਕਿ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਦੋ ਹੋਰ ਰੇਟ ਕੱਟਸ ਆਉਣ ਵਾਲੇ ਨੇ ਤੇ ਜੇ 25 25 ਸੈਂਟ ਦੇ ਆਉਂਦੇ ਨੇ ਜਾਂ ਕੋਈ ਵੱਡਾ ਰੇਟ ਕਟ ਆਉਂਦਾ 50 ਸੈਂਟ ਇੰਟਰਸਟ ਰੇਟ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਟ ਸਕਦਾ ਸੋ ਜੇ ਦੋਨਾਂ ਚੀਜ਼ਾਂ ਨੂੰ ਅਸੀਂ ਮਿਲਾ ਲਈਏ ਕਿ 50 ਸੈਂਟ ਇੰਟਰਸਟ ਰੇਟ ਵੀ ਘਟ ਜਾਂਦਾ ਔਰ 30 ਸਾਲ ਦੀ ਮੋਟਾਈਜ਼ੇਸ਼ਨ ਵੀ ਹੋ ਜਾਂਦੀ ਤਾਂ 5 ਲੱਖ 10 ਹਜ਼ਾਰ ਤੱਕ ਉਹੀ ਫੈਮਲੀ ਜਿਹੜੀ ਅੱਜ ਚਾਰ 4.5 ਤੋਂ ਘੱਟ ਦਾ ਘਰ ਲੈ ਸਕਦੀ ਸੀ ਉਹ ਹੁਣ 5 ਲੱਖ 5 ਲੱਖ 10 ਹਜ਼ਾਰ ਤੱਕ ਦਾ ਘਰ ਲੈ ਸਕਦੇ ਨੇ 30 ਸਾਲ ਦੀ ਮੋਟਾਈਜ਼ੇਸ਼ਨ ਦੀ ਤੇ ਜੇ 50 ਸੈਂਟ ਹੋਰ ਇੰਟਰਸਟ ਰੇਟ ਘਟ ਜਾਂਦਾ ਜੇ 4.25 ਤੋਂ 3.75 ਤੇ ਆ ਜਾਂਦਾ 5 ਇਅਰ ਫਿਕਸ ਰੇਟ ਜਿਹੜਾ ਇਹਦੇ ਨਾਲ ਕੀ ਹੋਣਾ ਕਿ ਜਦੋਂ ਆਪਣੇ ਕੋਲ 40-50 ਹਜ਼ਾਰ ਡਾਲਰ ਦੀ ਪਾਵਰ ਘੱਟ ਪੇਮੈਂਟ ਦੇ ਨਾਲ ਜਿਵੇਂ ਬਹੁਤ ਸਾਰੇ ਲੋਕ ਜਿਹੜੇ ਸਿੰਗਲ ਪੇਰੈਂਟਸ ਨੇ ਸਿੰਗਲ ਜਹ ਬਹੁਤ ਜਿਆਦਾ ਬਜਟਡ ਫੈਮਲੀਆਂ ਨੇ ਜਿਨ੍ਹਾਂ ਨੇ ਆਪਣੀ ਇਨਕਮ ਨੂੰ ਐਕਸਪੈਂਸਸ ਨੂੰ ਜਿੱਦਾ ਕਰਕੇ ਉਹ ਰੈਂਟ ਤੇ ਰਹਿੰਦੇ ਸੀ ਉਹਨਾਂ ਨੂੰ ਫਾਇਦਾ ਹੋਏਗਾ ਕਿਉਂਕਿ ਉਹ ਹੁਣ ਇੱਕ ਘੱਟ ਪੇਮੈਂਟ ਦੇ ਨਾਲ ਕਹਿ ਸਕਦੇ ਆਪਾਂ ਉਹ ਇੱਕ ਆਪਣੀ ਜ਼ਰੂਰਤ ਦਾ ਘਰ ਆਪਣੀ ਅਪਾਰਟਮੈਂਟ ਜਾਂ ਆਪਣਾ ਘਰ ਅਫੋਰਡ ਕਰ ਸਕਣਗੇ affordablety ਵਧਣ ਦੇ ਨਾਲ ਮਾਰਕੀਟ ਦੇ ਵਿੱਚ ਜ਼ਿਆਦਾ ਬਾਇਰਸ ਇੰਟਰੋਡਿਊਸ ਹੋਣ ਦਾ ਵੀ ਅੰਦਾਜ਼ਾ ਹੈ ਜਿੱਦਾਂ ਹੀ ਜ਼ਿਆਦਾ ਬਾਇਰਸ ਮਾਰਕੀਟ ਦੇ ਵਿੱਚ ਆਉਣਗੇ ਤੇ ਪ੍ਰਾਈਸਿਸ ਨੂੰ ਵੀ ਵਧਨ ਨੂੰ ਜਿਹੜਾ ਆ ਦੇ ਵਾਧੀਆਂ ਹੋਈਆਂ ਪ੍ਰਾਈਸਿਸ ਨੂੰ ਦੇਖਿਆ ਜਾ ਸਕਦਾ ਜੇਕਰ ਨਹੀਂ ਪ੍ਰਾਈਸ ਇਸ ਦਾ ਜਿਹੜਾ ਸਿੱਧਾ-ਸਿੱਧਾ ਇੰਪੈਕਟ ਇਹ ਲੱਗਦਾ ਕਿ ਜ਼ਿਆਦਾ ਬਾਇਰਸ ਇੰਟਰੋਡਿਊਸ ਹੋਣਗੇ ਘਰਾਂ ਦੀਆਂ ਪ੍ਰਾਈਸਿਸ ਵਧਣਗੀਆਂ ਤਾਂ ਲੋਕਾਂ ਨੂੰ ਜੇ ਕਹੀਏ ਫਾਇਦਾ ਇਹ ਹੀ ਹੈ ਕਿ ਹਾਂ 250 ਡਾਲਰ ਪੇਮੈਂਟ ਜਿਹੜੀ ਘੱਟ ਤੇ ਉੱਤੇ ਆਪਾਂ ਹੁਣ ਘਰ ਮੰਨ ਲਓ ਜ ਕਿਸੇ ਦੀ ਅ 2600 ਡਾਲਰ ਪੇਮੈਂਟ ਸੀ ਤਾਂ ਉਹ ਹੁਣ 2400 ਡਾਲਰ ਪੇਮੈਂਟ ਰਹਿ ਜਾਏਗੀ ਜਾਂ 2350 ਡਾਲਰ ਪੇਮੈਂਟ ਰਹਿ ਜਾਏਗੀ ਪਰ ਉਸ ਦੇ ਨਾਲ ਹੀ ਜੇ ਘਰਾਂ ਦੀ ਪ੍ਰਾਈਸਿਜ਼ ਵਧਦੀ ਆ ਤਾਂ ਉਹਨੇ ਵੀ ਪੇਮੈਂਟ ਤੇ ਇਫੈਕਟ ਪਾਉਣਾ ਸੋ ਇਟ ਰੀਲੀ ਡਿਪੈਂਡਸ ਕਿ ਮਾਰਕੀਟ ਨੂੰ ਕਿਦਾਂ ਰਿਐਕਟ ਕਰਦੇ ਆ ਕਿਉਂਕਿ ਗਵਰਨਮੈਂਟ ਦਾ ਇਹ ਕਹਿਣਾ ਕਿ ਅਸੀਂ ਇੰਟਰਸਟ ਰੇਟ ਵਧਾਈ ਸੀ ਲੋਕਾਂ ਤੇ ਰੈਸਟ੍ਰਿਕਸ਼ਨ ਲਾਈ ਸੀ ਪੇਮੈਂਟ ਵਧਾਈਆਂ ਸੀ ਤਾਂ ਜੋ ਲੋਕ ਘਰ ਲੈਣੋਂ हट ਜਾਣ ਰੁਕ ਜਾਣ ਜ਼ਿਆਦਾ ਘਰ ਨਾ ਵਿਕਣ ਹੁਣ ਉਹ ਪੇਮੈਂਟਾਂ ਹੋ ਗਈਆਂ ਛੋਟੀਆਂ ਹੂੰ ਹੂੰ ਹੁਣ ਘਰ ਫਿਰ ਡੈਫੀਨਿਟਲੀ ਜੇ ਪੇਮੈਂਟਾਂ ਵੀ ਛੋਟੀਆਂ ਹੋ ਗਈਆਂ ਇੰਟਰਸਟ ਰੇਟ ਘਟਣ ਨਾਲ ਹੋਰ ਵੀ ਘਟਣੀਆਂ ਸ਼ੁਰੂ ਹੋ ਗਈਆਂ ਤੇ ਉਹ ਰੀਅਲ اسٹیਟ ਮਾਰਕੀਟ ਤੇ ਅਪਵਰਡ ਜਿਹੜਾ ਆ ਜ਼ਰੂਰ ਇੰਪੈਕਟ ਕਰੂਗੀ ਅੱਗੇ ਨੂੰ ਉਹਨੂੰ ਲੈ ਕੇ ਜਾਏਗੀ ਜਿੰਨੀ ਵੀ ਰੀਅਲ اسٹیਟ ਦੀ ਮਾਰਕੀਟ ਹੈ ਇਸ ਦੇ ਨਾਲ ਜਿਆਦਾ ਬਾਇਰਸ ਦਾ ਮਾਰਕੀਟ ਦੇ ਵਿੱਚ ਆਉਣਾ ਬੜਾ ਸੁਭਾਵਿਕ ਜਾ ਲੱਗ ਰਿਹਾ ਜੀ ਫੈਡਰਲ ਸਰਕਾਰ ਬਹੁਤ ਕੰਫੀਡੈਂਟ ਹੈ ਉਹ ਦਾਅਵਾ ਕਰ ਰਹੇ ਨੇ ਵੀ ਇਹਦੇ ਨਾਲ ਘਰਾਂ ਦੀ ਕੰਸਟ੍ਰਕਸ਼ਨ ਨੂੰ ਬਹੁਤ ਵੱਡਾ ਬੂਸਟ ਮਿਲਣਾ ਥੋੜਾ ਲੰਬਾ ਤਜਰਬਾ ਹੈ ਤੁਹਾਡੇ ਅਕੋਰਡਿੰਗ ਕੀ ਲੱਗਦਾ ਹੈ ਵੀ ਇਹਦਾ ਅਜੇ ਹਾਇ ਕੋਈ ਅਸਰ ਦੇਖ ਨੂੰ ਮਿਲ ਸਕਦਾ ਹੈ ਖਾਸ ਤੌਰ ਤੇ ਹਾਊਸਿੰਗ ਸਪਲਾਈ ਦੇ ਉੱਤੇ ਕੋਈ ਸਿੱਧਾ ਅਸਰ ਮਿਲੇਗਾ ਸਰਕਾਰ ਨੇ ਤੇ ਪਹਿਲਾਂ ਵੀ ਇਹੀ ਕੀਤਾ ਸੀਗਾ ਦੁਬਾਰਾ ਕਰ ਰਹੇ ਆ ਪਹਿਲਾਂ ਉਹਨਾਂ ਨੇ ਜਿਹੜਾ ਘਰ ਬਣਾ ਲੈਣ ਫਿਰ ਆਪਾਂ 30 ਸਾਲ ਦੀ ਮੋਟਾਈਜ਼ੇਸ਼ਨ ਕਰਕੇ ਇੰਟਰਸਟ ਰੇਟ ਘਟਾ ਕੇ ਵੇਚ ਲੈਂਦੇ ਅਮੋਰਟਾਈਜ਼ੇਸ਼ਨ ਅੱਜ ਘਟਾ ਰਹੇ ਆ ਇੰਟਰਸਟ ਰੇਟ ਹੁਣ ਘਟਾ ਰਹੇ ਆ ਤੇ ਘਰ ਵਧਣਗੇ ਹਾਂਜੀ ਜਿਹੜਾ ਸਰਕਾਰ ਦਾਵਾ ਕਰ ਰਹੀ ਹੈ ਕਿ ਘਰਾਂ ਦੀ ਮਾਰਕੀਟ ਉਸ ਦੇ ਨਾਲ ਇਹ ਹੈ ਕਿ ਜਿਹੜੇ ਬਿਲਡਰਸ ਨੇ ਜਿਹੜੇ ਵੱਡੇ ਘਰ ਬਣਾਉਂਦੇ ਨੇ ਉਹ ਥੋੜੇ ਜੇ ਇੱਕ ਕੈਪ ਤੇ ਆ ਕੇ ਰੁਕ ਜਾਂਦੇ ਸੀ ਕਿ ਅਸੀਂ ਜਿਹੜੇ ਆਪਣੇ ਕਸਟਮਰ ਨੇ ਉਹਨਾਂ ਨੂੰ ਇੰਨੀ ਕੀ ਫੈਸਿਲਿਟੀ ਦੇ ਪਾਵਾਂਗੇ ਜਿਹਦੇ ਵਿੱਚ ਅਸੀਂ 1 ਮਿਲੀਅਨ ਤੱਕ ਘਰ ਵੇਚਾਂਗੇ ਤਾਂ ਜੋ ਜਿਹੜਾ ਸਾਡਾ ਜਾਦਾ ਬਾયર ਮਾਰਕੀਟ ਨੂੰ ਸਾਡਾ ਐਕਸਪੋਜ਼ਰ ਰਹੇ ਹੁਣ ਉਹ ਜਿਆਦਾ ਫੈਸਿਲਿਟੀਆਂ ਜਿਆਦਾ ਵਧੀਆ ਜਿਆਦਾ ਵੱਡੇ ਘਰ ਵੀ ਬਣਾ ਸਕਦੇ ਨੇ ਕਿਉਂਕਿ ਉਹ ਐਕਸਪੋਜ਼ਰ ਜਿਹੜਾ ਹੈ 1.5 ਮਿਲੀਅਨ ਡਾਲਰ ਤੱਕ ਦਾ ਚਲੇ ਗਿਆ ਲੇਕਿਨ ਅਗੇਨ ਉਹਦੇ ਵਿੱਚ ਜੋ 2031 ਤੱਕ ਮੇਰੇ ਖਿਆਲ ਨਾਲ ਉਹਨਾਂ ਨੇ ਕਿਹਾ ਆ ਮਿਨਿਸਟਰ ਨੇ ਕਿ ਅਸੀਂ ਜਿਹੜਾ 4 ਮਿਲੀਅਨ ਪਲੱਸ ਕਾਰ ਜਿਹੜੇ ਬਣ ਗਏ ਪਹਿਲਾਂ ਨਾਲੋਂ ਜਿਹੜੇ ਜ਼ਿਆਦਾ ਡਬਲ ਹੋਣਗੇ ਕੁਝ ਨੰਬਰ ਇਦਾਂ ਦੇ ਨੇ ਲੇਕਿਨ ਰੂਲਸ ਹੁਣ ਚੇਂਜ ਕਰ ਦਿੱਤੇ ਬਾイヤਰਸ ਹੈਗੇ ਨੇ ਮਾਰਕੀਟ ਦੇ ਵਿੱਚ ਤੇ ਜਿਹਦੇ ਆਮ ਘਰਾਂ ਨੂੰ ਸੋ ਹਰ ਘਰ ਨੂੰ ਡਿਫਰੈਂਟ ਇੰਪੈਕਟ ਪੈਗਾ ਛੋਟੇ ਘਰਾਂ ਵਾਲਿਆਂ ਨੂੰ ਜਿਹੜਾ 30 ਸਾਲ ਦੇ ਲਈ ਆ ਮਿਲ ਗਿਆ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਡੈਫੀਨਿਟਲੀ ਜ਼ਿਆਦਾਤਰ ਜਿਹੜੇ ਫਸਟ ਟਾਈਮ ਜ਼ਿਆਦਾਤਰ ਆਪਾਂ ਕਹਿ ਸਕਦੇ ਫਸਟ ਟਾਈਮ ਹੋਮ ਬਾਇਰਸ ਮਿਲੀਅਨ ਜਾਂ ਡੇਢ ਮਿਲੀਅਨ ਦਾ ਘਰ ਨਹੀਂ ਲੈਂਦੇ ਉਹਨਾਂ ਨੂੰ 4-5 ਲੱਖ ਉਹਨਾਂ ਨੂੰ ਵੀ ਜਿਹੜਾ ਇਹਦੇ ਵਿੱਚ ਬੈਨੀਫਿਟ ਮਿਲਿਆ ਦੋਨੋਂ ਰੂਲਸ ਦੇ ਨਾਲ ਔਰ ਜਿਹੜਾ 1 ਮਿਲੀਅਨ ਤੋਂ 1.5 ਮਿਲੀਅਨ ਉਹਨਾਂ ਨੂੰ ਜਰੂਰ ਜਿਹੜੇ ਬਿਲਡਰਸ ਆ ਜਿਹੜੇ ਉਦਾਂ ਜੀਆਂ ਤੀਜਾਂ ਘਰਾਂ ਦੇ ਵਿੱਚ ਲਾਉਣ ਤੋਂ ਗਰੇਜ਼ ਕਰਦੇ ਸੀ ਜਾਦਾ ਹਾਈ ਐਂਡ ਘਰ ਬਣਾਉਣ ਤੋਂ ਗਰੇਜ਼ ਕਰਦੇ ਸੀ ਕਿਉਂਕਿ ਇੱਕ ਲਿਮਟਿਡ ਮਾਰਕੀਟ ਦਾ ਐਕਸਪੋਜ਼ਰ ਰਹਿ ਜਾਂਦਾ ਸੀ ਸਿਰਫ ਉਹੀ ਲੋਕ ਉਹਨਾਂ ਘਰਾਂ ਨੂੰ ਖਰੀਦ ਸਕਦੇ ਸੀ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਹਾਈ ਡਾਊਨ ਪੇਮੈਂਟ ਹੁੰਦੀ ਸੀਗੀ ਉਹਦੀ ਬਜਾਏ ਹੁਣ 1.5 ਮਿਲੀਅਨ ਤੱਕ ਦਾ ਘਰ ਜਦੋਂ ਇੱਕ ਘੱਟ ਡਾਊਨ ਪੇਮੈਂਟ ਨਾਲ ਵੀ ਸੰਭਵ ਹੁੰਦਾ ਹੈ ਤਾਂ ਉਹ ਬਿਲਡਰਸ ਲਈ ਜ਼ਿਆਦਾ ਐਕਸਪੋਜ਼ਰ ਜ਼ਿਆਦਾ ਬਾਇਰਸ ਦਾ ਐਕਸਪੋਜ਼ਰ ਹੈ ਤਾਂ ਡੈਫੀਨਿਟਲੀ ਉਹਨਾਂ ਨੂੰ ਘਰਾਂ ਨੂੰ ਬਣਾਉਣਾ ਵੀ ਸ਼ੁਰੂ ਕਰਨਗੇ ਪਰ ਘਰਾਂ ਦਾ ਬਣਨਾ ਲੋਕਾਂ ਦਾ ਘਰਾਂ ਨੂੰ ਖਰੀਦਣ ਦੀ ਆਲਰੇਡੀ ਅਸੀਂ ਪਿਛਲੇ 2 ਸਾਲ ਤੋਂ ਸੁਣ ਰਹੇ ਹਾਂ ਕਿ ਘਰਾਂ ਦੀ ਸ਼ਾਰਟੇਜ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਘਟ ਘਰ ਨਹੀਂ ਉਹ ਇਡੀ ਜਲਦੀ ਨਹੀਂ ਬਣ ਜਾਣੇ ਕਿ ਆਪਾਂ ਰੂਲ ਅੱਜ ਹੀ ਜਿਹੜਾ ਚੇਂਜ ਕਰ ਦਿੱਤਾ ਪਰ ਰੂਲ ਚੇਂਜ ਹੋਣ ਨਾਲ ਕੁਝ ਵਰਗ ਨੂੰ ਫਾਇਦਾ ਹੋਏਗਾ ਤੇ ਕੁਝ ਨੂੰ ਨੁਕਸਾਨ ਚ ਝੱਲਣਾ ਪਏਗਾ ਜੀ ਪੰਜ ਸਾਹਿਬ ਜਿਹੜੇ ਪੋਟੈਂਸ਼ੀਅਲ ਹੋਮ ਬਾイヤਰਸ ਨੇ ਨਵੇਂ ਨੀਮ ਅਕੋਰਡਿੰਗ ਨਵੀਆਂ ਤਬਦੀਲੀਆਂ ਮੁਤਾਬਕ ਤੁਸੀਂ ਉਹਨਾਂ ਨੂੰ ਕੀ ਸਲਾਹ ਦਿੰਨੇ ਹੋ ਕੀ ਤੁਹਾਨੂੰ ਲੱਗਦਾ ਹੈ ਵੀ ਉਹਨਾਂ ਨੂੰ ਅ ਬਦਲਦੇ ਟਾਈਮਸ ਦੇ ਅਕੋਰਡਿੰਗ ਜੇ ਮੇ ਚੀਜ਼ਾਂ ਬਦਲ ਰਹੀਆਂ ਕੋਈ ਖਾਸ ਰਣਨੀਤੀ ਅਪਣਾਉਣੀ ਚਾਹੀਦੀ ਹੈ ਕੋਈ ਫਾਈਨੈਂਸ਼ੀਅਲ ਸਟਰੈਟਜੀ ਉਹਨਾਂ ਕੋਲੇ ਹੋਣੀ ਚਾਹੀਦੀ ਹੈ ਜੀ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਤਾਂ ਅਸੀਂ ਇਹ ਸਮਝੀਏ ਅੱਜ ਜਮਾਨਾ ਬਹੁਤ ਤੇਜ਼ ਹੋ ਗਿਆ ਅਸੀਂ ਇੱਕ ਲਾਈਨ ਸੁਣਦੇ ਹਾਂ ਉਹਦੇ ਉੱਤੇ ਹੀ ਅਸੀਂ ਆਪਣਾ ਇੱਕ ਫੈਸਲਾ ਬਣਾ ਲੈਨੇ ਆ ਅਸੀਂ ਪੂਰੀ ਗੱਲ ਨੂੰ ਸਮਝਣ ਦੀ ਅ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਲੋਕ ਬਿਜ਼ੀ ਨੇ ਹਰ ਕੋਈ ਆਪੋ ਆਪਣੇ ਕਮਾਂਕਾਰਾਂ ਚ ਬਿਜ਼ੀ ਹੈ ਲੇਕਿਨ ਫਿਰ ਵੀ ਇਸ ਲਈ ਆਪਾਂ ਗੱਲ ਨੂੰ ਰਿਪੀਟ ਕਰਦੇ ਕਿ 250 ਡਾਲਰ ਪੇਮੈਂਟ ਕੱਟ ਜਾਏਗੀ 30 ਸਾਲ ਦੀ ਮੋਟਾਈਜ਼ੇਸ਼ਨ ਹੋਣ ਦੇ ਨਾਲ ਤਾ ਉਸ ਦੇ ਨਾਲ ਜਿਹੜਾ ਘਰਾਂ ਦੀ ਪ੍ਰਾਈਸਿਸ ਤੇ ਵੀ ਇਫੈਕਟ ਹੋ ਸਕਦਾ ਹੈ ਅਪਰੂਵਲ ਅਮਾਉਂਟ ਜਿਹੜਾ ਹੈ 1 ਲੱਖ ਡਾਲਰ ਦੀ ਫੈਮਿਲੀ ਹਾਊਸਹੋਲਡ ਇਨਕਮ ਵਾਲਿਆਂ ਦਾ ਅਪ ਟੂ 500000 ਥੋੜੇ ਹੀ ਸਮੇਂ ਦੇ ਵਿੱਚ 2-3 ਮਹੀਨਿਆਂ ਦੇ ਵਿੱਚ ਵਧਨ ਨੂੰ ਮਿਲ ਸਕਦਾ ਪਰ ਉਹ ਵਧਨ ਦੇ ਨਾਲ ਕੀ ਘਰ ਉਸੇ ਪ੍ਰਾਈਸ ਤੇ ਖੜੇ ਰਹਿਣਗੇ ਜਿਹੜਾ ਘਰ ਅੱਜ 4.5 ਲੱਖ ਦਾ ਮਿਲਦਾ ਕੀ ਉਹ ਜਨਵਰੀ ਫ फेब्रुवारी ਦੇ ਵਿੱਚ ਵੀ 4.5 ਦਾ ਹੀ ਮਿਲੇਗਾ ਉਹ ਡਿਪੈਂਡ ਕਰਦਾ ਮਾਰਕੀਟ ਦੇ ਵਿੱਚ ਲੋਕਾਂ ਦਾ ਕਿਸ ਤਰ੍ਹਾਂ ਦਾ ਰੀਐਕਸ਼ਨ ਸਾਨੂੰ ਦੇਖਣ ਨੂੰ ਮਿਲਦਾ ਕਿਸ ਤਰ੍ਹਾਂ ਲੋਕੀ ਇਹਨੂੰ ਰੀਐਕਟ ਕਰਦੇ ਆ ਕਿਸੇ ਵੀ ਚੀਜ਼ ਦੀ ਡਿਮਾਂਡ ਐਂਡ ਸਪਲਾਈ ਆਪਾਂ ਵਰਡ ਹੀ ਸੁਣ ਲਈਦਾ ਆ ਹੋਰ ਕਈ ਵਰਡ ਆਪਣੇ ਸੁਣੀਦੇ ਆ ਸੋ ਕਿਸੇ ਵੀ ਚੀਜ਼ ਦੀ ਵੈਲਿਊ ਉਹਨਾਂ ਚਿਰ ਜਿੰਨਾ ਚਿਰ ਉਹਦੇ ਖਰੀਦਦਾਰ ਆ ਤੁਸੀਂ ਜੀ ਐਸ ਸੀ ਰੈਂਟ ਤੇ ਰਹਿ ਰਹੇ ਆ ਤੇ ਸਾਡੀ ਇੱਕ ਤਰ੍ਹਾਂ ਦੀ ਮਜਬੂਰੀ ਬਣ ਜਾਂਦੀ ਕਿ ਅਸੀਂ ਕੈਨੇਡਾ ਦੇ ਵਿੱਚ ਸਪੈਸ਼ਲੀ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਿਹੜੀਆਂ ਕੰਟਰੀਜ਼ 'ਤੇ ਇਮੀਗ੍ਰੈਂਟਸ ਆਉਂਦੇ ਨੇ ਨਵੇਂ ਲੋਕ ਆਉਂਦੇ ਨੇ ਉਹਨਾਂ ਕੋਲ ਸਿਰਫ ਕੋਈ ਜ਼ਿਆਦਾ ਆਪਸ਼ਨ ਨਹੀਂ ਹੈ ਘਰ ਖਰੀਦਣ ਦਾ ਕਿਉਂਕਿ ਜਿੰਨਾ ਚਿਰ ਨਹੀਂ ਖਰੀਦਦੇ ਤਾਂ ਉਹ ਰੈਂਟ ਦੇ ਰਹਿੰਦੇ ਨੇ ਹੋਰ ਵੀ ਜਿਹੜੀ ਇਸ ਤਰ੍ਹਾਂ ਪਿਛਲੇ 2 ਸਾਲਾਂ ਤੋਂ ਅਸੀਂ ਜੇ ਆਰਾਮ ਨਾਲ ਸੋਚੀਏ ਤਾਂ 5% ਤੋਂ ਉੱਪਰ ਤੱਕ ਵਿਆਜ ਲਾ ਗਿਆ ਗਵਰਨਮੈਂਟ ਨੇ ਲੋਕਾਂ ਨੇ ਪੇਮੈਂਟਸ ਆਪਣੀ ਗਰੋਸਰੀ ਦੇ ਵਿੱਚ ਕਟੌਤੀ ਕਰ ਕਰਕੇ ਆਪਣੇ ਐਕਸਪੈਂਸਸ ਦੇ ਵਿੱਚ ਕਟੌਤੀ ਕਰ ਕਰਕੇ ਲੋਕਾਂ ਨੇ ਪੇਮੈਂਟਸ ਪੂਰੀਆਂ ਕੀਤੀਆਂ ਉਹਨਾਂ ਉਸ ਵੇਲੇ ਘਰਾਂ ਦੀਆਂ ਸਿਰਫ ਇਸ ਕਰਕੇ ਕਿ ਘਰਾਂ ਦਾ ਮਾਹੌਲ ਠੀਕ ਹੋ ਜਾਏ ਥੋੜੀ ਪ੍ਰਾਈਸਿਸ ਜਿਹੜੀਆਂ ਆ ਥੱਲੇ ਨੂੰ ਆ ਜਾਣ ਆ ਕੁਝ ਲੋਕਾਂ ਨੇ ਇਹ ਕਿਹਾ ਕਿ ਗਵਰਨਮੈਂਟ ਸਾਡੇ ਫਾਇਦੇ ਵਾਸਤੇ ਕਰੀ ਸੇਮ ਗਵਰਨਮੈਂਟ ਸੇਮ ਸਿਚੁਏਸ਼ਨ ਕੋਈ ਉਹਦੇ ਵਿੱਚ ਫਰਕ ਨਹੀਂ ਆ ਬਾਇਰਸ ਹਜੇ ਵੀ ਬਹੁਤ ਆ ਮਾਰਕੀਟ ਦੇ ਵਿੱਚ ਜਿਹੜੇ ਜਿਹੜੇ ਲੋਕ ਰੈਂਟ ਤੇ ਰਹਿ ਰਹੇ ਆ ਆਪਣਾ ਘਰ ਲੈਣਾ ਚਾਹੁੰਦੇ ਆ ਨਿਊ ਇਮੀਗ੍ਰੈਂਟਸ ਹਜੇ ਵੀ ਕਾਫੀ ਤਦਾਰ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਅੱਗੇ ਆਪਣੇ ਘਰ ਬਣਾਉਣੇ ਨੇ ਫੈਮਲੀਆਂ ਨੂੰ ਅੱਗੇ ਚਲਾਉਣਾ ਔਰ ਪਲੱਸ ਜਿਹੜੀਆਂ ਫੈਮਲੀਆਂ ਇੱਥੇ ਰਹਿੰਦੀਆਂ ਉਹਨਾਂ ਦੇ ਬੱਚੇ ਵੱਡੇ ਹੋ ਕੇ ਗਾਂਪੋ ਆਪਣਾ ਘਰ ਲੈਣਾ ਚਾਹੁੰਦੇ ਨੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਆ ਸੋ देयर ਆ ਬਾਇਰਸ ਉਹਦੇ ਨਾਲ ਜਦੋਂ ਅਸੀਂ ਹੁਣ 2 ਸਾਲ ਤੋਂ ਇੰਟਰਸਟ ਵਧ ਚਾਰਜ ਕਰਦੇ ਰਹਿ ਅੱਜ ਅਸੀਂ ਰੂਲ ਲੈ ਆਂਦਾ ਕਿ ਠੀਕ ਹੈ ਜੇ ਅਸੀਂ ਰਿਲੈਕਸ ਕਰ ਦਿੱਤਾ ਜ਼ਿਆਦਾ ਘਰ ਵਣਨਗੇ ਸੋ ਸੋਚਣ ਵਾਲੀ ਗੱਲ ਹੈ ਜਦੋਂ ਬਣ ਆਪਣੇ ਕੋਈ ਚੀਜ਼ ਬਣ ਗਈ ਆਪਾਂ ਵੇਚਣੀ ਆਪਾਂ ਕਹਾਂ ਜੀ ਇਹ ਸਸਤੀ ਆ ਜੀ ਤੇ ਬਣਨੇ ਨੇ ਹੂੰ ਹੂੰ ਪਰ ਸਸਤੇ ਆਪਾਂ ਮੰਥਲੀ ਮੌਰਗੇਜ ਪੇਮੈਂਟਸ ਸਸਤੀ ਕਰ ਦਿੱਤੀ ਲੋਕਾਂ ਨੂੰ ਜਿਹੜਾ ਆ ਇੱਕ ਬੈਨੀਫਿਟ ਜ਼ਿਆਦਾ ਦਿਖਾ ਦਿੱਤਾ ਜਿਹੜੀ 25 ਸਾਲ ਦੀ ਰੈਸਟ੍ਰਿਕਸ਼ਨ ਲੱਗੀ ਸੀ 30 ਪਹਿਲਾਂ ਵੀ 30 ਸਾਲ ਦੀ ਹੁੰਦੀ ਸੀ ਉਹ ਵੀ ਮੇਰੇ ਕੰਮ ਕਰਦੇ ਸਮੇਂ ਦੇ ਦੌਰਾਨ ਹੀ ਮੈਂ ਦੇਖਿਆ ਉਦੋਂ ਬਹੁਤ ਸਾਰੇ ਲੋਕ ਜਿਹੜੇ ਹਾਈਪਰ ਗ੍ਰੋਗਰ ਕੀ ਰੈਸਟ੍ਰਿਕਸ਼ਨ ਲੱਗ ਲੱਗੀ ਆ 30 ਸਾਲ ਦੀ ਮੋਟਾਈਜ਼ੇਸ਼ਨ ਹੁਣ ਬੰਦ ਹੋ ਜਾਣੀ ਆ ਅਸੀਂ ਜਲਦੀ ਜਲਦੀ ਕਰ ਲੈ ਲਈਏ ਫੇਰ ਮੁੜ ਕੇ ਅੱਜ ਤੋਂ ਬਾਅਦ 25 ਸਾਲ ਦੀ ਮਿਲਿਆ ਕਰਨੀ ਆ ਹੁਣ 25 ਤੋਂ 30 ਦੀ ਹੋ ਗਈ ਸੋ ਜ਼ਰੂਰੀ ਹੈ ਇਹ ਚੀਜ਼ ਨੂੰ ਸਮਝਣਾ ਅੱਜ ਜੇ ਅਸੀਂ ਗੱਲ ਕਰਦੇ ਆ ਆਪਣੇ ਬੈਕ ਹੋਮ ਦੀ ਕਿਸੇ ਵੀ ਕੰਟਰੀ ਦੀ ਉੱਥੇ ਹਾਲਾਤ ਖਰਾਬ ਹੋਣ ਦਾ ਕਾਰਨ ਸਿਰਫ ਇਹ ਹੈ ਕਿ ਅਸੀਂ ਆਵਾਜ਼ ਨਹੀਂ ਠਾਈ ਕਰਦੇ ਔਰ ਅਸੀਂ ਆਪਣੀਆਂ ਛੋਟੀਆਂ ਛੋਟੇ ਪ੍ਰੋਫਿਟ ਦੇ ਵਿੱਚ ਲੌਸਸਿਸ ਦੇ ਵਿੱਚ ਆਪਣੇ ਦੁੱਖ ਸੁੱਖ ਦੇ ਵਿੱਚ ਇੰਨੇ ਜ਼ਿਆਦਾ ਵੰਡੇ ਗਏ ਕਿ ਅਸੀਂ ਕਦੇ ਕਿਸੇ ਨੂੰ ਕੁਐਸਚਨ ਨਹੀਂ ਕੀਤਾ ਸੇਮ ਗਵਰਨਮੈਂਟ ਆ ਉਹ ਕਹਿ ਰਹੀ ਆ ਕਿ ਤੁਸੀਂ ਤੁਹਾਡੀ ਪੇਮੈਂਟ 2000 ਦੀ ਜਗ੍ਹਾ 3000 ਦੀ ਹੋਗੀ ਜੀ ਕਿਉਂਕਿ ਅਸੀਂ ਘਰ ਸਸਤੇ ਕਰਦੇ ਆ ਸੇਮ ਗਵਰਨਮੈਂਟ ਆ ਇੱਕ ਦਿਨ ਆਉਂਦੀ ਆ ਅਨਾਉਂਸ ਕਰਦੀ ਆ ਕਿ ਹੁਣ ਮੋਟਾਈਜ਼ੇਸ਼ਨ 30 ਸਾਲ ਦੀ ਹੋਗੀ ਜਿਹੜੀ ਤੁਹਾਡੀ ਪੇਮੈਂਟ ਸੀ 3000 ਤੋਂ ਘਟਾ ਕੇ ਅਸੀਂ 2750 ਕਰ ਦਿੱਤੀ ਜਾਂ 2500 ਤੋਂ ਘਟਾ ਕੇ 2250 ਕਰ ਦਿੱਤੀ ਕੁਐਸਚਨ ਕੌਣ ਪੁੱਛ ਰਿਹਾ ਕੀ ਦੀ ਜ਼ਿੰਮੇਵਾਰੀ ਹੈ